ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ 22 ਤਰੀਕ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ। ਅਸੀਂ ਇਸ ਟਾਈਮ ਮੌਜੂਦ ਹਾਂ ਜਲੰਧਰ ਦੇ ਰੇਲਵੇ ਸਟੇਸ਼ਨ, ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਜਲੰਧਰ ਦਾ ਰੇਲਵੇ ਸਟੇਸ਼ਨ ਖਾਲੀ ਪਿਆ ਹੈ, ਆਵਾਜਾਈ ਬਿਲਕੁਲ ਬੰਦ ਹੋਈ ਪਈ ਹੈ ਅਤੇ ਸਾਡੇ ਨਾਲ ਇਸ ਟਾਈਮ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ ਰੇਲਵੇ ਸਟੇਸ਼ਨ ਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਅੱਜ ਜਨਤਾ ਕਰਫਿਊ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਐਲਾਨ ਕੀਤਾ ਗਿਆ ਸੀ, ਕੀ ਕਹਿਣਾ ਵਾ ਇਸ ਬਾਰੇ ਤੁਹਾਡਾ? ਦੇਖੋ ਜੀ, ਇੱਕ ਸਾਡੇ ਦੇ ਕਰੋਪੀ ਚੱਲ ਰਹੀ ਹੈ ਕਰੋਨਾ ਵਾਇਰਸ ਦੀ, ਜਿਹੜੇ ਕਿ ਇਹਦੇ ਨਾਲ ਕਾਫੀ ਲੋਕਾਂ ਨੂੰ ਉਹਨੂੰ ਕਹਿੰਦੇ ਪ੍ਰੋਬਲਮ ਸੀਗੀ, ਅਤੇ ਸਾਡੇ ਪ੍ਰਧਾਨ ਮੰਤਰੀ ਨੇ ਬਹੁਤ ਵਧੀਆ ਸਟੈਪ ਚੱਕਿਆ ਕਿ ਜਿਹੜੀ ਪਬਲਿਕ ਇਸ ਗੱਲ 'ਚ ਸਹਿਯੋਗ ਕਰੇ ਅਤੇ ਉਹ 'ਚ ਕਾਮਯਾਬੀ ਵੱਧ ਹੋ ਸਕਦੀ ਹੈ। ਅਤੇ ਉਸ ਹਿਸਾਬ ਦੇ ਨਾਲ ਜੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਅਪੀਲ ਕੀਤੀ ਸੀ ਉਹਨੂੰ ਪਬਲਿਕ ਵੱਲੋਂ ਬੜਾ ਹੁੰਗਾਰਾ ਮਿਲਿਆ ਹੈਗਾ, ਬਹੁਤ ਕੋਆਪਰੇਸ਼ਨ ਮਿਲੀ ਹੈ। ਅਤੇ ਦੇਖੋ, ਸਟੇਸ਼ਨ 'ਤੇ ਅੱਜ ਕੋਈ ਵੀ ਪੈਸੰਜਰ ਜਿਹੜਾ ਹੈਗਾ ਘਰ 'ਚੋਂ ਨਿਕਲ ਕੇ ਨਹੀਂ ਸਟੇਸ਼ਨ 'ਤੇ ਆਇਆ, ਅਤੇ ਜੇਕਰ ਕੋਈ ਆ ਵੀ ਜਾਂਦਾ ਪੈਸੰਜਰ, ਅਸੀਂ ਉਹਨੂੰ ਬੜੇ ਡੀਪਲੀ ਪਿਆਰ ਦੇ ਨਾਲ ਸਮਝਾ ਕੇ ਉਹਨੂੰ ਘਰ 'ਚ ਰਹਿਣ ਦੀ ਅਪੀਲ ਕਰਦੇ ਹਾਂ ਅਤੇ ਉਹ ਸਾਡੇ ਨਾਲ ਐਗਰੀ ਹੁੰਦਾ ਆ। ਜੋ ਸਾਡੀਆਂ ਸਰਕਾਰਾਂ ਵੱਲੋਂ ਜਿਹੜੀ ਇਹ ਕਦਮ ਚੁੱਕੇ ਗਏ ਨੇ ਉਹ ਬਹੁਤ ਵਧੀਆ ਕਦਮ ਚੁੱਕੇ ਗਏ ਨੇ ਤਾਂ ਜੋ ਅਸੀਂ ਇਹ ਕਰੋਨਾ ਵਾਸਤੇ ਜਿਹੜੀ ਹੈਗੀ ਜਿੱਤ ਹਾਸਲ ਕਰ ਸਕੀਏ। ਸਰ, ਕਰੋਨਾ ਵਾਇਰਸ ਨੂੰ ਲੈ ਕੇ ਹੋਰ ਕੀ ਇੰਤਜ਼ਾਮ ਸਟੇਸ਼ਨ 'ਤੇ ਕੀਤੇ ਗਏ ਨੇ? ਸਟੇਸ਼ਨ 'ਤੇ ਉਹਨੂੰ ਰੇਲਵੇ ਵਿਭਾਗ ਵੱਲੋਂ ਸਾਫ਼ ਸਫਾਈ ਸੈਨੇਟਾਈਜ਼ ਕੀਤਾ ਜਾ ਰਿਹਾ ਸਟੇਸ਼ਨ ਨੂੰ, ਅਤੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਉਹਨੂੰ ਰੇਲਵੇ ਵਿਭਾਗ ਵੱਲੋਂ। ਅੱਜ ਦੇ ਜਿਹੜੀ ਹੈਗੀ ਹੈ ਜਨਤਕ ਕਰਫਿਊ ਵਾਸਤੇ ਉਹਨੂੰ ਕਹਿੰਦੇ ਆ ਰੇਲ ਵੱਲੋਂ ਪੂਰੇ ਯਾਨੀ ਕਿ ਕਦਮ ਉਠਾਏ ਗਏ ਨੇ ਜੋ ਜੋ ਲੜੀਂਦੇ ਸੀਗੇ ਜੀ। ਬਿਲਕੁਲ, ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਰੇਲਵੇ ਦੇ, ਉਹਨਾਂ ਦਾ ਇਹੀ ਕਹਿਣਾ ਵਾ ਕਿ ਜਿਹੜੇ ਯਾਤਰੀ ਆ ਰਹੇ ਨੇ ਉਹਨਾਂ ਨੂੰ ਸਮਝਾ ਕੇ ਅਤੇ ਘਰ ਭੇਜਿਆ ਜਾ ਰਿਹਾ ਵਾ, ਅਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਟੇਸ਼ਨ ਦੇ ਬਿਲਕੁਲ ਬੰਦ ਪਿਆ ਸਟੇਸ਼ਨ, ਆਵਾਜਾਈ ਬਿਲਕੁਲ ਬੰਦ ਕੀਤੀ ਗਈ ਨੇ। ਮਾਨਿਆ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ, ਤੁਸੀਂ ਕਿੰਨਾ ਕੁ ਸਾਥ ਦਿਓਗੇ? ਅਸੀਂ ਪੂਰਾ ਸਾਥ ਦੇਵਾਂਗੇ, ਆਮ ਜਨਤਾ ਨੂੰ ਵੀ ਕਹਾਂਗੇ, ਲੋਕਾਂ ਨੂੰ ਵੀ ਕਹਾਂਗੇ, ਘਰਾਂ 'ਚ ਰਹੋ, ਉਹਦੇ 'ਚ ਆਪਣਾ ਭਲਾ ਵਾ, ਆਪਣਾ ਸੇਫ ਅਤੇ ਲੋਕ ਸੇਫ। ਅਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਲੋਕਾਂ ਨੂੰ ਮੈਸੇਜ ਇਹੀ ਕਿ ਜਿੰਨਾ ਬਚਾਅ ਹੋ ਸਕਦਾ ਕਰੋਨਾ ਵਾਇਰਸ ਤੋਂ ਵੱਧ ਤੋਂ ਵੱਧ ਬਚਾਅ ਕਰੋ, ਉਹਦੇ 'ਚ ਹੀ ਭਲਾ ਵਾ, ਅੰਦਰ ਰਹੋ ਵੱਧ ਤੋਂ ਵੱਧ, ਆ ਨਹੀਂ ਕਿ ਅੱਜ ਹਫ਼ਤਾ ਪੂਰਾ ਅੰਦਰ ਰਹੋ, ਉਹਦੇ 'ਚ ਹੀ ਫਾਇਦਾ ਆਪਣਾ। ਅਸੀਂ ਕਹਿੰਦੇ ਬਹੁਤ ਵਧੀਆ ਕੀਤਾ ਉਹਨਾਂ ਨੇ ਕਿ ਲੋਕਾਂ ਨੂੰ ਚਾਹੀਦਾ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੀਦਾ, ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਵੀ ਆਪਣੇ ਘਰ ਵਿੱਚ ਰੱਖਿਆ ਹੋਇਆ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਆਪਣੇ ਆਪਣੇ ਘਰਾਂ 'ਚ ਰਹਿਣ, ਆਪਣੇ ਬੱਚਿਆਂ ਨੂੰ ਵੀ ਆਪਣੇ ਘਰ ਰੱਖਣ, ਔਰ ਬਾਹਰ ਜਿੰਨਾ ਘੱਟ ਤੋਂ ਘੱਟ ਹੋ ਸਕਦਾ ਜਿੰਨਾ ਆਪਣੇ ਘਰ ਦੇ ਵਿੱਚ ਹੀ ਰਹਿਣਾ ਚਾਹੀਦਾ। ਸਰ, ਅਸੀਂ ਇਸ ਗੱਲ ਨੂੰ ਪੂਰਾ ਸਮਰਥਨ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਸਾਡਾ ਆਪਣਾ ਹੀ ਫਾਇਦਾ ਹੈ, ਜਿੰਨਾ ਅਸੀਂ ਇਸ ਤੋਂ ਬਚਾਅ ਕਰ ਸਕਦੇ ਹਾਂ ਉਨਾ ਹੀ ਫਾਇਦਾ। ਕੀ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਹੋ ਅੱਜ ਜਨਤਾ ਕਰਫਿਊ ਦਾ ਕਿਹਾ ਗਿਆ? ਇਹੀ ਅਪੀਲ ਕਰਨਾ ਚਾਹਾਂਗੇ ਕਿ ਤੁਸੀਂ ਅੱਜ ਘਰੋਂ ਬਾਹਰ ਨਾ ਨਿਕਲੋ, ਪੂਰਾ ਜਨਤਾ ਕਰਫਿਊ ਨੂੰ ਸਹਿਯੋਗ ਦਿਓ ਅਤੇ ਆਪਣੇ ਘਰ ਹੀ ਰਹੋ, ਸਾਥ ਨਾਲ ਆਪਣਾ ਫਾਇਦਾ, ਜਿੰਨੀ ਸੇਫਟੀ ਹੋਏਗੀ ਉਨਾ ਉਹਦਾ ਫਾਇਦਾ, ਜਿੰਨਾ ਆਪਾਂ ਅੰਦਰ ਰਹਾਂਗੇ ਉਹਦਾ ਨੁਕਸਾਨ ਨਹੀਂ ਹੈਗਾ, ਇੱਕ ਤੋਂ ਬਚਾਂਗੇ। ਆਪਾਂ ਪਬਲਿਕ ਨੂੰ ਵੀ ਇਹੀ ਕਹਿੰਦੇ ਹਾਂ ਕਿ ਜਿੰਨਾ ਆਪਣਾ ਅੰਦਰ ਰਹੋ ਉਨਾ ਬਚਾਅ, ਸੇਫਟੀ ਆਪਣੀ, ਸੇਫਟੀ ਇਜ਼ ਮੋਸਟ ਇੰਪੋਰਟੈਂਟ, ਆਪਣੇ ਹੈਲਥ ਦੇ ਉੱਪਰ ਕੁਛ ਨਹੀਂ।